ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧਸੰਗਤ ਜੀ, ਅਸੀਂ ਪਹੁੰਚੇ ਹਾਂ ਜੀ ਨਦੀ ਦੇ ਕਿਨਾਰੇ ਅਤੇ ਇੱਕ ਪਾਵਨ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ ਹਾਂ। ਬਾਬਾ ਫਰੀਦ ਜੀ ਦਾ ਪਾਵਨ ਸਲੋਕ ਹੈ ਕਿ ਕੰਧੀ ਉੱਤੇ ਰੁੱਖੜਾ ਕਿਚਰਕ ਬੰਨੇ ਧੀਰ, ਕਿ ਨਦੀ ਦੇ ਕਿਨਾਰੇ ਦੇ ਉੱਤੇ ਜਿਹੜਾ ਰੁੱਖ ਉੱਗਿਆ ਹੁੰਦਾ ਉਹ ਕਿੰਨਾ ਕੁ ਚਿਰ ਧੀਰਜ ਰੱਖ ਸਕਦਾ, ਕਿੰਨਾ ਕੁ ਚਿਰ ਉਹ ਨਦੀ ਦੇ ਕਿਨਾਰੇ ਟਿਕ ਸਕਦਾ, ਭਾਵ ਉਹਨੂੰ ਜਲਦੀ ਹੀ ਨਦੀ ਆਪਣੇ ਵਿੱਚ ਡੋਬ ਲੈਂਦੀ ਹੈ। ਫਰੀਦਾ ਕੱਚਾ ਭਾਂਡਾ ਰੱਖੀਆ ਕਿਚਰ ਤਾਈਂ ਨੀਰ, ਉਸੇ ਤਰ੍ਹਾਂ ਕੱਚੇ ਭਾਂਡੇ ਦੇ ਵਿੱਚ ਰੱਖਿਆ ਹੋਇਆ ਪਾਣੀ ਹੈ ਜਿਹੜਾ, ਉਹ ਬਹੁਤਾ ਟਾਈਮ ਉਹਦੇ ਵਿੱਚ ਟਿਕ ਨਹੀਂ ਸਕਦਾ। ਤੋ ਬਾਬਾ ਫਰੀਦ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਹੈ। ਇਹ ਤੁਹਾਡੇ ਸਾਹਮਣੇ ਇੱਕ ਦਰਖਤ ਹੈ ਖਜੂਰ ਦਾ, ਅਤੇ ਨਦੀ ਦੇ ਕਿਨਾਰੇ ਹੈ ਜਿਹੜਾ ਇਹ ਲੱਗਾ ਹੋਇਆ, ਤੋ ਇਹ ਕਦੋਂ ਵੀ ਡਿੱਗ ਸਕਦਾ। ਤੋ ਮਨੁੱਖ ਨੂੰ ਇਸ ਦ੍ਰਿਸ਼ਟਾਂਤ ਦੇ ਦੁਆਰਾ ਸਮਝਾਇਆ ਹੈ ਕਿ ਮਨੁੱਖ ਦੀ ਜ਼ਿੰਦਗੀ ਵੀ ਇੱਕ ਵਹਿੰਦੀ ਹੋਈ ਨਦੀ ਹੈ। ਲੰਮੀ ਲੰਮੀ ਨਦੀ ਹੈ, ਲੰਮੀ ਨਦੀ ਵਹਿ ਰਹੀ ਹੈ, ਵਹਿ ਰਹੀ ਹੈ, ਅਤੇ ਮਨੁੱਖ ਇਸ ਨਦੀ ਦੇ ਕਿਨਾਰੇ ਉੱਤੇ ਲੱਗਿਆ ਹੈ, ਇੱਕ ਰੁੱਖ ਹੈ। ਤੋ ਜਿਵੇਂ ਇਹ ਰੁੱਖ, ਇਹਦੀ ਵੀ ਕੋਈ ਗਰੰਟੀ ਨਹੀਂ ਕਦੋਂ ਵੀ ਡਿੱਗ ਸਕਦਾ, ਉਸੇ ਤਰ੍ਹਾਂ ਮਨੁੱਖ ਵੀ ਇਸ ਸੰਸਾਰ ਦੇ ਅੰਦਰੋਂ ਕਦੋਂ ਵੀ ਜਾ ਸਕਦਾ, ਕਦੋਂ ਵੀ ਡਿੱਗ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ। ਤੋ ਸਤਿਗੁਰੂ ਜੀ ਇੱਥੇ ਸਮਝਾਉਣਾ ਸਾਨੂੰ ਇਹ ਚਾਹੁੰਦੇ ਨੇ ਕਿ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਅਸੀਂ ਨੇਕ ਕੰਮ ਕਰੀਏ, ਜੇ ਜਾਣਾ ਤਿਲ ਥੋਲੜੇ ਸੰਭਲ ਬੁੱਕ ਭਰੀ, ਸਾਨੂੰ ਮਿਲੇ ਹੋਏ ਸਵਾਸਾਂ ਰੂਪੀ ਜਿਹੜੇ ਤਿਲ ਨੇ ਉਹਨਾਂ ਨੂੰ ਸੋਚ ਸਮਝ ਕੇ ਹੀ ਖਰਚ ਕਰਨਾ ਚਾਹੀਦਾ ਅਤੇ ਆਪਣੇ ਜੀਵਨ ਦੇ ਸਵਾਸਾਂ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ, ਨਹੀਂ ਤਾਂ ਕੰਧੀ ਦੇ ਰੁੱਖੜੇ ਵਾਂਗੂ ਸਾਡਾ ਜੀਵਨ ਇੱਕ ਦਿਨ ਆ ਵਹਿੰਦੀ ਹੋਈ ਨਦੀ ਦੇ ਵਿੱਚ ਇੱਕ ਦਿਨ ਖਤਮ ਹੋ ਜਾਏਗਾ, ਫਨਾ ਹੋ ਜਾਏਗਾ। ਇਸ ਕਰਕੇ ਆਪਣੇ ਜੀਵਨ ਵਿੱਚ ਸੰਭਲਣ ਦੀ ਪ੍ਰੇਰਣਾ ਮਹਾਰਾਜ ਨੇ ਸਾਨੂੰ ਦਿੱਤੀ ਹੈ। ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਅੱਗੇ ਸ਼ੇਅਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।